ਵੱਡਾ ਵੇਰਵਾ ਦੱਸਣ ਜਾ ਰਿਹਾ ਮੇਰੇ ਵੀਰੋ। ਮੁੰਡੇ ਦਾ ਨਾਮ ਸੰਤ ਹੈ, ਮਾਮੂਪੁਰ ਪਿੰਡ ਹੈ ਮੇਰੇ ਵੀਰੋ, ਜ਼ਿਲ੍ਹੇ ਮੋਹਾਲੀ ਦਾ ਪਿੰਡ ਹੈ, ਜਿੱਥੇ ਵੱਡਾ ਸੁਪਰ ਸਟਾਰ ਰਹਿੰਦਾ ਮੇਰੇ ਵੀਰੋ, ਜਿਹਨੇ 7 ਮੋਟਰਸਾਈਕਲ ਦਿੱਤੇ ਹੈ, 2 ਟਰੈਕਟਰਾਂ ਦਾ ਜੇਤੂ ਹੈ ਮੇਰੇ ਵੀਰ। ਐਨ ਕਹਿੰਦੇ ਡੂਮਸੇੜੀ ਦੀ ਧਰਤੀ ਤੇ ਮੁੰਡੇ ਨੇ ਪਹਿਲਵਾਨੀ ਵੀ ਕੀਤੀ ਹੈ ਮੇਰੇ ਵੀਰ। ਵੱਡਾ ਮੱਲ ਹੈ, ਚਰਚੇ ਹੈ ਮੇਰੇ ਵੀਰ, ਕਬੂਤਰਬਾਜੀ ਦਾ ਹੀਰੋ ਜਿਹਨੇ ਐਨ ਬੱਲੇ ਬੱਲੇ ਕਰਵਾਈ ਹੈ। ਵੱਡਾ ਮੱਲ ਹੈ, ਚਰਚੇ ਹੈ, ਸੰਤ ਸੰਤ ਹੋਈ ਪਈ ਹੈ ਮੇਰੇ ਵੀਰ। ਐਨ ਦੁਨੀਆ ਦੇ ਵਿੱਚ ਚਰਚਾ ਹੈ, ਅੱਜ ਕੱਲ ਦੁਨੀਆ ਕਹਿੰਦੀ ਹੈ ਵੀ ਬਾਪੂ ਸੰਤ ਸੁਪਰ ਸਟਾਰ ਹੈ ਮੇਰੇ ਵੀਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ। ਅੱਜ ਅਸੀਂ ਮੌਜੂਦ ਹਾਂ ਜੀ ਮੋਹਾਲੀ ਦੇ ਕੋਲ ਲੱਗਦੇ ਪਿੰਡ ਮਾਮੀਪੁਰ ਦੇ ਵਿੱਚ। ਤੁਸੀਂ ਕਬੂਤਰਬਾਜ਼ੀਆਂ ਅਕਸਰ ਬਹੁਤ ਸਾਰੀਆਂ ਵੇਖੀਆਂ ਹੋਣੀਆਂ, ਅਤੇ ਜਿਨ੍ਹਾਂ ਨੇ ਕਬੂਤਰ ਰੱਖੇ ਹੋਏ ਆ ਉਹਨਾਂ ਨੂੰ ਵੀ ਤੁਸੀਂ ਬਹੁਤ ਵਾਰੀ ਵੇਖਿਆ ਹੋਣਾ। ਲੇਕਿਨ ਤੁਹਾਨੂੰ ਅੱਜ ਇੱਕ ਇੱਦਾਂ ਦੇ ਕਬੂਤਰ ਦੇ ਸ਼ੌਕੀਨਾਂ ਦੇ ਨਾਲ ਮਿਲਾਵਾਂਗੇ ਜੋ ਕਿ ਪੇਸ਼ੇ ਤੋਂ ਭਲਵਾਨ ਨੇ ਅਤੇ ਉਹਨਾਂ ਨੂੰ ਕਬੂਤਰਾਂ ਦਾ ਵੀ ਸ਼ੌਂਕ ਹੈ। ਅਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਭਲਵਾਨੀ ਦੇ ਵਿੱਚ ਜਿੱਥੇ ਕਿ ਸਪਲੀਮੈਂਟ ਦੀ ਲੋੜ ਪੈਂਦੀ ਹੈ, ਤਾਂ ਇਹਨਾਂ ਨੇ ਆਪਣੇ ਕਬੂਤਰਾਂ ਦਾ ਜਿਹੜਾ ਸਪਲੀਮੈਂਟ ਹੈ ਉਹ ਵੀ ਇਹਨਾਂ ਦਾ ਬਾਹਰੋਂ ਆਉਂਦਾ। ਅਸੀਂ ਗੱਲ ਕਰਾਂਗੇ ਬਾਈ ਦੇ ਨਾਲ, ਗੁਰਕੀਰਤ ਬਾਈ ਦਾ ਨਾਮ ਹੈ, ਅਸੀਂ ਗੱਲ ਕਰਾਂਗੇ। ਬਾਈ, ਸਭ ਤੋਂ ਪਹਿਲਾਂ ਤੁਹਾਡਾ ਪੰਜਾਬ ਟੁਡੇ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਬਾਈ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚ ਸਮਾਂ ਕੱਢ ਕੇ ਸਾਨੂੰ ਅੱਜ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ, ਬਹੁਤ ਬਹੁਤ ਧੰਨਵਾਦ ਜੀ। ਬਾਈ, ਸਭ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਤੁਹਾਨੂੰ ਕਬੂਤਰਾਂ ਦਾ ਸ਼ੌਂਕ ਕਿਵੇਂ ਪਿਆ, ਜਦ ਕਿ ਤੁਸੀਂ ਪੇਸ਼ੇ ਤੋਂ ਭਲਵਾਨ ਹੋ, ਤੁਹਾਡਾ ਖੁਦ ਦਾ ਅਖਾੜਾ ਭਲਵਾਨੀ ਦਾ, ਤੇ ਤੁਹਾਨੂੰ ਕਬੂਤਰਾਂ ਬਾਜੀ ਦਾ ਕਿਵੇਂ ਸ਼ੌਂਕ ਪਿਆ? ਸ਼ੌਕ ਜੀ ਮੈਨੂੰ ਇਹ ਬਚਪਨ ਤੋਂ ਹੀ ਸੀ ਤਕਰੀਬਨ। ਮੈਂ ਉਦੋਂ ਕੋਈ 12-13 ਸਾਲਾਂ ਦਾ ਹੋਣਾ ਜਦੋਂ ਮੈਂ ਕਬੂਤਰ ਰੱਖ ਲਏ ਸੀ ਘਰੇ, ਅਤੇ ਉਸ ਤੋਂ ਬਾਅਦ ਮੈਂ 10ਵੀਂ ਕਰਕੇ ਪਹਿਲਵਾਨੀ ਕਰਨ ਚਲੇ ਗਿਆ। ਰੁਸਤਮ ਹਿੰਦ ਪਹਿਲਵਾਨ ਪਰਮਿੰਦਰ ਡੂਮਛੇੜੀ ਜੀ, ਉਹਨਾਂ ਦੇ ਕੋਲ ਰਿਹਾ ਮੈਂ 10 ਸਾਲ, ਅਤੇ ਉੱਥੇ ਵੀ ਉਹਨਾਂ ਨੂੰ ਕਬੂਤਰਾਂ ਦਾ ਸ਼ੌਕ ਸੀ, ਅਤੇ ਉੱਥੇ ਨਾਲ ਦੀ ਨਾਲ ਹੀ ਪਹਿਲਵਾਨੀ ਕਰਦੇ ਗਏ, ਤਾਂ ਉੱਥੇ ਕਬੂਤਰਾਂ ਨੂੰ ਦੇਖਣਾ ਵੀ ਕਿਵੇਂ ਉੱਡਦੇ ਆ ਜਾਂ ਕੀ ਆ, ਤਾਂ ਹੋਰ ਜ਼ਿਆਦਾ ਸ਼ੌਕ ਵੱਧ ਗਿਆ ਉੱਥੇ ਜਾ ਕੇ। ਅੱਜ ਕੱਲ੍ਹ ਅਸੀਂ ਯੂਟਿਊਬ 'ਤੇ ਜਾਂ ਹੋਰ ਕਿਤੇ ਦੇਖਦੇ ਹਾਂ ਕਿ ਕਬੂਤਰਾਂ ਨੂੰ ਜਿਹੜਾ ਕੀ ਹੈ ਦਿਖਾਉਂਦੇ ਨਸ਼ਾ ਕਰਾਇਆ ਜਾਂਦਾ ਤਾਂ ਕਿ ਉਹ ਵੱਧ ਦੇਰ ਤੱਕ ਉੱਡਣ, ਇਹਦਾ ਇਹ ਕਿੱਥੋਂ ਤੱਕ ਦਾ ਸੱਚ ਹੈ ਬਾਈ? ਕਿਹੜਾ ਤੁਸੀਂ ਆਪਣੇ ਕਬੂਤਰਾਂ ਨੂੰ ਕੋਈ ਇੱਦਾਂ ਦਾ ਨਸ਼ਾ ਵਗੈਰਾ ਦਿੰਦੇ ਹੋ? ਨਹੀਂ ਬਾਈ ਜੀ, ਨਸ਼ਾ ਅਤੇ ਸਪੋਰਟਸ ਜਿਵੇਂ ਉੱਡਣਾ ਇਹਨਾਂ ਨੇ ਲੌਂਗ ਟਾਈਮ, ਅਤੇ ਉਹਦਾ ਕੋਈ ਮੇਲ ਨਹੀਂ ਹੈਗਾ, ਕਿਉਂਕਿ ਕੋਈ ਵੀ ਨਸ਼ਾ ਨਾ ਉਹ ਪਿਆਸ ਵਧਾਉਂਦਾ, ਉਹਦੇ ਨਾਲ ਪਿਆਸ ਵੱਧ ਲੱਗਦੀ ਹੈ। ਕੋਈ ਵੀ ਨਸ਼ਾ ਮਤਲਬ ਆਪਾਂ ਖੁਦ ਹੀ ਬੰਦਾ ਕਰਕੇ ਦੇਖੇ ਕੋਈ, ਹੈ ਨਾ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕੋਈ, ਇੱਕ ਤਾਂ ਉਹ ਸੰਤੁਲਨ ਜਿਹੜਾ ਗਵਾ ਦਿੰਦਾ, ਭਾਵੇਂ ਇਨਸਾਨ ਹੈ ਕੋਈ ਜਾਨਵਰ ਹੈ, ਹੈ ਨਾ, ਅਤੇ ਨੰਬਰ 2 ਉਹਦੇ ਨਾਲ ਪਿਆਸ ਵੱਧ ਲੱਗਦੀ ਹੈ। ਅਤੇ ਜਦੋਂ ਪਿਆਸ ਵੱਧ ਲੱਗਦੀ ਹੈ ਇਹਨਾਂ ਦੀ ਗੇਮ ਜਿਹੜੀ ਉਹ ਗਰਮੀ 'ਚ ਹੁੰਦੀ ਹੈ ਆਲਮੋਸਟ, ਅਤੇ ਜਦੋਂ ਗਰਮੀ ਦੇ ਵਿੱਚ ਤਾਂ ਪਿਆਸ ਆਪਾਂ ਨੇ ਭਜਾਉਣੀ ਆ ਨਾ ਕਿ ਲਾਉਣੀ, ਇਹਦੇ ਕਰਕੇ ਨਸ਼ਾ ਅਤੇ ਕਬੂਤਰਬਾਜ਼ੀ ਦਾ ਕੋਈ ਮੇਲ ਨਹੀਂ। ਬਾਈ, ਜਿਵੇਂ ਭਲਵਾਨੀ ਲਈ ਜਾਂ ਆਪਣੀ ਬਾਡੀ ਬਿਲਡਿੰਗ ਲਈ ਸਪਲੀਮੈਂਟ ਦੀ ਲੋੜ ਹੁੰਦੀ ਹੈ, ਅਤੇ ਮੈਂ ਸੁਣਿਆ ਕਿ ਤੁਸੀਂ ਜਿਹੜੇ ਆਪਣੇ ਕਬੂਤਰਾਂ ਲਈ ਵੀ ਸਪਲੀਮੈਂਟ ਤੁਹਾਡਾ ਬਾਹਰੋਂ ਆਉਂਦਾ, ਉਹ ਸਪਲੀਮੈਂਟ ਕਾਹਦੇ ਵਾਸਤੇ ਹੁੰਦਾ, ਤਾਂ ਕਿਵੇਂ ਤੁਸੀਂ ਵਰਤੋਂ ਕਰਦੇ ਹੋ ਕਬੂਤਰਾਂ ਦੀ? ਹਾਂਜੀ ਭਾਅ ਜੀ, ਗੱਲ ਪਤਾ ਕੀ ਆ ਵੀ ਮੇਰਾ ਭਰਾ ਹੀ ਆ, ਛੋਟਾ ਮੈਂ ਫਰੈਂਡ ਵੀ ਆ, ਰੋਹਿਤ ਚੌਧਰੀ ਮਾਛੀਵਾੜਾ ਸਾਹਿਬ ਤੋਂ ਆ, ਅਤੇ ਹੁਣ ਕੈਨੇਡਾ ਦੇ ਵਿੱਚ ਰਹਿੰਦਾ, ਉਹ ਕਿਚਨਰ ਸ਼ਹਿਰ ਪੈਂਦਾ ਬਰੈਂਪਟਨ ਦੇ ਨਾਲ, ਅਤੇ ਉਹ ਬੜੀ ਹੈਲਪ ਕਰਦਾ ਵਿਚਾਰਾ ਆਪਾਂ ਨੂੰ, ਹੈ ਨਾ, ਉੱਥੇ ਰਹਿ ਕੇ ਉਹਨੇ ਕੁਛ ਆਪਾਂ ਨੂੰ ਵੀ ਪਤਾ ਸੀ, ਕੁਛ ਉਹਨੇ ਵੀ ਉੱਥੇ ਜਾਣਿਆ ਵੀ ਕੀ ਕੁਛ ਚਾਹੀਦਾ, ਜਿੱਦਾਂ ਹੁਣ ਡਿਵਰਮਿੰਗ ਕਰਦੇ ਹੈ ਨਾ, ਆਮ ਕੁੱਤਿਆਂ ਦੀਆਂ ਦਵਾਈਆਂ ਦੇਈ ਜਾਂਦੇ ਆ, ਅਤੇ ਉੱਥੇ ਬਾਹਰਲੇ ਆਪਣੇ ਤੋਂ ਪਹਿਲੇ ਐਡਵਾਂਸ ਆ, ਉੱਥੇ ਹੈਗੇ ਰੇਸਰ ਕਬੂਤਰ ਦੂਜੇ, ਜਿਨ੍ਹਾਂ ਨੂੰ ਆਪਾਂ ਇੱਥੇ ਲੱਠੇ ਵੀ ਕਹਿ ਦਿੰਦੇ ਆ, ਆਪਣੇ ਵੀ ਹੁੰਦੀਆਂ ਉਹਨਾਂ ਦੀਆਂ ਬਾਜ਼ੀਆਂ, ਅਤੇ ਬਾਹਰ ਬਹੁਤ ਜ਼ਿਆਦਾ ਫੇਮਸ ਆ ਉਹ ਗੇਮ, ਅਤੇ ਉਹਨਾਂ ਵਾਸਤੇ ਸਪਲੀਮੈਂਟ ਬਣਦਾ, ਉੱਥੇ ਪਾਵਰ ਵਾਸਤੇ ਵੀ ਬਣਦਾ, ਮਤਲਬ ਸਟੈਮਿਨਾ ਵਾਸਤੇ ਵੀ ਬਣਦਾ, ਅਤੇ ਡਿਵਰਮਿੰਗ ਵਾਸਤੇ ਵੀ ਅਲੱਗ ਅਲੱਗ ਤਰ੍ਹਾਂ ਦਾ ਸਪਲੀਮੈਂਟ ਜਿਹੜਾ ਆਉਂਦਾ, ਉਹ ਮੁੰਡਾ ਰੋਹਿਤ ਚੌਧਰੀ ਹੈ ਕੈਨੇਡਾ ਤੋਂ, ਮਾਛੀਵਾੜਾ ਸਾਹਿਬ ਵਾਲਾ, ਉਹ ਮੁੰਡਾ ਆਪਾਂ ਫਰੈਂਡ ਆਪਣਾ ਭੇਜਦਾ। ਅਤੇ ਬਾਈ, ਤੁਹਾਡੇ ਕੋਲ ਕਿੰਨੇ ਕੁ ਕਬੂਤਰ ਇਸ ਸਮੇਂ ਤੁਹਾਡੇ ਕੋਲ ਮੌਜੂਦ ਨੇ? ਆਪਣੇ ਕੋਲ ਹੋਊਗਾ ਜੀ 450 ਕਬੂਤਰ। ਅਤੇ ਬਾਈ, ਇਹਦਾ ਕਿੰਨਾ ਕੁ ਖਰਚਾ ਆਉਂਦਾ ਜਦੋਂ ਤੁਸੀਂ ਬਾਹਰੋਂ ਸਪਲੀਮੈਂਟ ਮੰਗਾਉਂਦੇ ਹੋ ਕਬੂਤਰਾਂ ਵਾਸਤੇ ਜਾਂ ਡੀਵੋਰਮਿੰਗ ਦੀ ਦਵਾਈਆਂ ਮੰਗਦੇ, ਕਿੰਨਾ ਖਰਚਾ ਤੁਹਾਨੂੰ ਪੈਂਦਾ? ਉਹ ਭਰਾ ਆਪਣਾ ਲੈਂਦਾ ਨਹੀਂ ਆਪਾਂ ਤੋਂ, ਅਤੇ ਜੇ ਆਪਾਂ ਲਾਈਏ ਇੱਥੇ, ਜੇ ਆਮ ਦਾ ਡੁਪਲੀਕੇਟ ਵੀ ਇੱਥੇ ਵਿਕੀ ਜਾਂਦੀ ਆ, 50,000 ਦੇ ਲਾ ਮਤਲਬ ਸਾਲ ਦਾ ਆ ਜਾਂਦਾ ਉਹਨਾਂ ਦਾ ਖਰਚਾ। ਅੱਛਾ ਬਾਈ, ਇਹ ਦੱਸੋ ਕਿ ਜਿਵੇਂ ਅਸੀਂ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਵੇਖਦੇ ਹਾਂ ਕਬੂਤਰਾਂ ਨੂੰ ਬਦਾਮ ਖੁਆਏ ਜਾਂਦੇ ਆ, ਹੋਰ ਇੱਦਾਂ ਦੀ, ਬਾਈ ਤੁਸੀਂ ਵੀ ਆਪਣੇ ਕਬੂਤਰਾਂ ਨੂੰ ਆਹ ਬਦਾਮ ਹੋ ਗਿਆ ਜਾਂ ਹੋਰ ਜਿਹੜੀਆਂ ਚੀਜ਼ਾਂ ਸਪੈਸ਼ਲ ਪਾਉਂਦੇ ਹੋ? ਹਾਂਜੀ ਬਾਈ, ਆਪਾਂ ਕਬੂਤਰਬਾਜੀ ਤਕਰੀਬਨ 2 ਮਹੀਨਾ ਕਰਦੇ ਆ, ਜ਼ਿਆਦਾ 2 ਜਾਂ 2.5 ਮਹੀਨੇ, 1 ਅਪ੍ਰੈਲ ਤੋਂ ਲੈ ਕੇ 15 ਜੂਨ ਤੱਕ, ਅਤੇ ਉਦੋਂ ਬਾਅਦ ਜਿੱਦਾਂ ਆਪਣੇ ਇਸ ਏਰੀਏ ਦੇ ਵਿੱਚ ਮੀਂਹ ਵੱਧ ਪੈਂਦੇ ਆ ਤਾਂ ਕਰਕੇ ਕਬੂਤਰਬਾਜੀ ਬੰਦ ਹੋ ਜਾਂਦੀ, ਜਿਵੇਂ ਬਠਿੰਡਾ ਉਤਪਰਲਾ ਏਰੀਆ ਹੋ ਗਿਆ, ਮਲੋਟ ਫਾਜ਼ਿਲਕਾ, ਉਸ ਏਰੀਏ ਦੇ ਵਿੱਚ ਗਰਮੀ ਵੱਧ ਪੈਂਦੀ ਆ, ਉੱਥੇ ਤਾਂ ਅਜੇ ਵੀ ਬਾਜ਼ੀਆਂ ਤਕਰੀਬਨ ਹੋ ਹੀ ਜਾਂਦੀਆਂ।
ਬਈ ਆਪਾਂ ਤੁਹਾਡੇ ਪਿੰਡ ਦੇ ਜਿਹੜੇ ਨਾਲ ਦੇ ਪਿੰਡ ਆ ਉੱਥੋਂ ਵੀ ਤੁਹਾਡੇ ਬਾਰੇ ਬਹੁਤ ਕੁਝ ਸੁਣਿਆ ਅਤੇ ਉਹ ਕਹਿੰਦੇ ਕਿ ਸਭ ਤੋਂ ਵਧੀਆ ਜਿਹੜੇ ਝੋਟੀ ਦੇ ਕਬੂਤਰ ਆ ਤੁਸੀਂ ਰੱਖੇ ਹੋਣ ਅਤੇ ਬਾਈ ਤੁਸੀਂ ਅੱਜ ਤੱਕ ਇਸ ਕਬੂਤਰਬਾਜ਼ੀ ਦੇ ਵਿੱਚ ਕਿੰਨਾ ਕੁ ਕੁਛ ਤੁਸੀਂ ਜਿੱਤ ਚੁੱਕੇ ਹੋ? ਬਈ 2 ਟਰੈਕਟਰ ਜਿੱਤੇ ਆ, 7 ਮੋਟਰਸਾਈਕਲ ਅਤੇ ਬਾਕੀ ਫਰਿੱਜਾਂ, ਕੂਲਰ, LCD, ਪੱਖੇ, ਸੋਨੇ ਦੀ ਰਿੰਗ ਵੀ ਜਿੱਤੀ ਆ, ਸੋਨੇ ਦੀਆਂ ਠੱਲਾਂ ਕਬੂਤਰਾਂ ਦੇ ਪਾਉਣ ਵਾਲੀਆਂ ਹੁੰਦੀਆਂ, ਪਰਮਾਤਮਾ ਦੀ ਕਿਰਪਾ ਨਾਲ ਜੋ ਕਬੂਤਰਾਂ ਦਾ ਨਾਮ ਹੁੰਦਾ ਸਾਰੇ ਜਿੱਤੇ ਆ। ਅਤੇ ਬਾਈ ਬਾਈ ਨਾਲ ਖੜੇ ਆ ਤੁਹਾਡੇ, ਬਾਈ ਦਾ ਕੀ ਰੋਲ ਆ ਤੁਹਾਡੇ ਨਾਲ? ਇਹ ਮੈਂ ਇੱਕ ਭਰਾ ਹੀ ਮੰਨਦਾ ਜਿਹਨੂੰ ਵੱਡਾ ਮੇਰੇ ਤੋਂ ਲਾਲਾ ਵੀਰ ਸੌੜਾਂ ਤੋਂ, ਅਤੇ ਬਹੁਤ ਟਾਈਮ ਪਹਿਲਾਂ ਦੇ ਕਬੂਤਰ ਰੱਖੇ ਹੋਏ ਸੀ ਅਤੇ ਮੈਂ ਉਦੋਂ ਨਵਾਂ ਨਵਾਂ ਜਦੋਂ ਪਹਿਲਵਾਨੀ ਵੱਧ ਤੋਂ ਬਾਅਦ ਰਿਟਾਇਰ ਹੋ ਕੇ ਪਿੰਡ ਆਇਆ ਅਤੇ ਮੈਂ ਥੋੜ੍ਹੀਆਂ ਬਾਜ਼ੀਆਂ ਛੱਡਦਾ ਹੁੰਦਾ ਸੀ ਅਤੇ ਇਹ ਵੀ ਨੇੜੇ ਨੇੜੇ ਛੱਡਦਾ ਹੁੰਦਾ ਸੀ ਅਤੇ ਮੇਰੇ ਕਬੂਤਰ ਬਿਮਾਰ ਹੋ ਗਏ, ਇਹਨੂੰ ਨੌਲੇਜ ਬਹੁਤ ਹੈ, ਜਿਵੇਂ ਪੁਰਾਣਾ ਕਬੂਤਰ ਰੱਖਣ ਕਰਕੇ ਮੈਨੂੰ ਉਹਨਾਂ ਨਹੀਂ ਸੀ ਪਤਾ ਉਦੋਂ, ਅਤੇ ਇਹਨੇ ਮੇਰੇ ਕਬੂਤਰ ਠੀਕ ਕੀਤੇ। ਫਿਰ ਚਲੋ ਮੈਂ ਇਹਦੇ ਨਾਲ ਅੰਡਰਸਟੈਂਡਿੰਗ ਕੀਤੀ ਵੀ ਆਪਾਂ ਦੋਨੇ ਇਕੱਠੇ ਰੱਖ ਲੈਂਦੇ ਹਾਂ ਅਤੇ ਉਹ 2015 ਤੋਂ ਬਾਅਦ ਅਸੀਂ ਇਕੱਠੇ ਹੀ ਬਾਜ਼ੀਆਂ ਛੱਡਦੇ ਆਉਂਦੇ ਹਾਂ, ਭਰਾਵਾਂ ਦੀ ਤਰ੍ਹਾਂ ਹੀ ਆ, ਸਾਂਝੇ ਕਬੂਤਰ ਸੀ। ਤੁਹਾਡੀ ਆਪਸੀ ਦੇ ਵਿੱਚ ਪਾਰਟਨਰਸ਼ਿਪ? ਹਾਂਜੀ ਹਾਂਜੀ, ਪਾਰਟਨਰਸ਼ਿਪ ਹੈ। ਅੱਛਾ ਬਾਈ, ਇੱਕ ਗੱਲ ਦੱਸੋ ਕਿ ਤੁਸੀਂ ਜਿਵੇਂ ਇੰਨਾ ਕੁਛ ਜਿੱਤਿਆ, ਤੁਸੀਂ ਜਿਵੇਂ ਕੂਲਰ ਤੁਸੀਂ ਦੱਸਿਆ, ਏਸੀਆਂ ਦਾ ਜਾਂ ਟਰੈਕਟਰਾਂ ਦਾ ਕੋਈ ਅੰਤ ਨਹੀਂ, ਅਤੇ ਬਾਈ ਕਿਵੇਂ ਆਪਸ ਦੇ ਵਿੱਚ ਵੰਡ ਵਡਾਈ ਕਿਵੇਂ ਕਰਦੇ ਹੋ? ਇਹ ਬਾਈ ਜਿੱਕਣ ਹੁਣ ਮੈਨੂੰ ਕਿਸੇ ਚੀਜ਼ ਦੀ ਲੋੜ ਹੈ ਮੈਂ ਰੱਖ ਲੈਂਦਾ, ਜਿਹੜਾ ਬਾਈ ਨੂੰ ਬਾਈ ਰੱਖ ਲੈਂਦਾ। ਅਤੇ ਬਾਈ ਕਦੀ ਕੋਈ ਇੱਦਾਂ ਦਾ ਫਰਕ ਆਇਆ ਕੋਈ? ਨਾ, ਕਦੇ ਵੀ ਨਹੀਂ ਹੋਇਆ। ਜਿਹੜੀ ਚੀਜ਼ ਉਹ ਕਦੇ ਵੱਡਾ ਮੇਰੇ ਤੋਂ ਕੋਈ ਵੀ ਚੀਜ਼ ਜਿੱਤਦੇ ਹਾਂ, ਪਹਿਲਾਂ ਮੋਟਰਸਾਈਕਲ ਜਿੱਤਿਆ ਉਹ ਇਹਦੇ ਨਾਂ ਕਰਾਇਆ, ਪਹਿਲੀ ਫਰਿੱਜ ਜਿੱਤੀ ਉਹ ਇਹਨੂੰ ਦਿੱਤੀ, ਪਹਿਲੀ LCD ਜਿੱਤੀ ਦਿੱਤੀ ਗਿਆ ਇਹਨੂੰ, ਕਿਹਾ ਵੀ ਤੇਰਾ ਟਰੈਕਟਰ ਪਹਿਲੇ ਦਿਨ ਜਿੱਤਿਆ ਉਹ ਇਹਨੂੰ, ਦੂਜਾ ਜਿੱਤਿਆ ਉਹ ਵੀ ਇਹਨੂੰ, ਜਿਹੜਾ ਤੈਨੂੰ ਪਸੰਦ ਆ ਉਹਨਾਂ 'ਚ ਰੱਖ ਲਾ ਕਿਉਂਕਿ ਇਹ ਖੇਤੀ ਕਰਦਾ ਮੈਂ ਕਰਦਾ ਨਹੀਂ। ਬਈ ਆਪਾਂ ਬਹੁਤ ਵਾਰੀ ਵੀਡੀਓਜ਼ ਦੇ ਵਿੱਚ ਦੇਖਿਆ ਕਿ ਉਹ ਕਬੂਤਰਾਂ ਦੀਆਂ ਨਸਲਾਂ ਦੇ ਬਾਰੇ ਦੱਸਦੇ ਨੇ, ਕਬੂਤਰ ਦੀ ਫਲਾਣੀ ਨਸਲ ਹੈ ਫਲਾਂ। ਅੱਛਾ ਬਈ, ਥੋੜ੍ਹਾ ਜਿਹਾ ਨਸਲਾਂ ਬਾਰੇ ਕਲੀਅਰ ਕਰੋ ਕਿ ਕਬੂਤਰ ਦੀ ਕਿਹੜੀ ਕਿਹੜੀ ਨਸਲ ਹੁੰਦੀ ਹੈ? ਨਸਲਾਂ ਤਾਂ ਬਾਈ ਜੀ ਬਹੁਤ ਇਹਨਾਂ ਦੀਆਂ, ਹੈ ਨਾ, ਜਿੱਦਾਂ ਵੀ ਇਹ ਇਹਨਾਂ ਨੂੰ ਮਲਵਈ ਕਬੂਤਰ ਵੀ ਕਹਿ ਦਿੰਦੇ ਆ, ਛੱਤਰੀ ਵਾਲੇ ਵੀ ਕਹਿ ਦਿੰਦੇ ਆ, ਅਤੇ ਇਹਨਾਂ ਦੇ ਵਿੱਚ ਇੱਕ ਹੁੰਦੇ ਉੱਚੇ ਉੱਡਦੇ ਆ ਕਬੂਤਰ ਬਹੁਤ ਜ਼ਿਆਦਾ, ਉਹ ਜਾਣੀ ਕਿ ਦਿਨ ਦੇ ਵਿੱਚ 4-4-5-5 ਘੰਟੇ ਨਹੀਂ ਦਿਸਦੇ, ਉਹਨਾਂ ਦੀ ਅਲੱਗ ਨਸਲ ਆ, ਅਤੇ ਇੱਕ ਹੁੰਦੇ ਆ ਲੱਠੇ ਜਿਹੜੇ ਰੇਸਰ ਹੁੰਦੇ ਆ ਉਹ ਲੰਬੇ ਜਾਂਦੇ ਆ, ਉਹਨਾਂ ਦੀ ਅਲੱਗ ਨਸਲ ਆ, ਅਤੇ ਇੱਕ ਲੱਕੇ ਹੁੰਦੇ ਆ ਉਹ ਘਰਾਂ 'ਚ ਸ਼ੋਅ ਟਾਈਪ ਜਿੱਦਾਂ ਰੱਖੇ ਜਾਂਦੇ, ਹੈ ਨਾ, ਮਤਲਬ ਸ਼ੋਅ ਆ ਫੈਂਸੀ, ਇਹਨਾਂ ਦੀਆਂ ਨਸਲਾਂ ਬਹੁਤ ਆ, ਫੈਂਸੀ ਜਾਂਦਾ ਕਬੂਤਰ ਹੈ, ਨਕਾਬ ਪੋਸ਼ ਕਬੂਤਰ ਹੈ, ਮੂੰਹ ਢੱਕ ਲੈਂਦੇ ਆਪਣਾ ਖੰਭਾਂ ਦੇ ਨਾਲ, ਅਤੇ ਨਸਲਾਂ ਦਾ ਅੱਡੋ ਵੱਡੀਆਂ ਜਿਹੜੇ ਇਹ ਹੈ ਇਹ ਕਬੂਤਰ ਉੱਡਣ ਵਾਲੇ ਆ ਜੀ, ਮਤਲਬ ਬਾਜੀ ਲਈ ਜਿਹੜੇ ਕਬੂਤਰ ਆ ਉਹ ਅਲੱਗ ਹੁੰਦੇ ਇਹ, ਹਾਂ ਇਹ ਨਸਲ ਹੈ ਜਿਹੜੀ ਉੱਡਣ ਵਾਲੀ ਨਸਲ ਹੈ ਬਾਜੀਆਂ ਵਾਸਤੇ। ਅੱਛਾ ਬਾਈ, ਸਾਨੂੰ ਇੱਕ ਵੀ ਇਹ ਵੀ ਗੱਲ ਦੱਸੋ ਕਿ ਖੁੱਡੇ ਦੇ ਵਿੱਚ ਕਿੰਨੇ ਸਾਰੇ ਕਬੂਤਰ ਹੁੰਦੇ ਨੇ ਅਤੇ ਉਹਦੀਆਂ ਨਸਲਾਂ ਦਾ ਕਿਵੇਂ ਹਿਸਾਬ ਕਿਤਾਬ ਲਾਉਂਦੇ ਆ ਕਿ ਲੋਕ ਕਈ ਕਹਿੰਦੇ ਆ ਕਿ ਇਹਦੀ ਫਲਾਣੀ ਨਸਲ ਆ, ਇਹਦਾ ਕਿਵੇਂ ਪਤਾ ਚੱਲਦਾ ਬਾਈ? ਇਹਦੇ 'ਚ ਬਾਈ ਜੀ ਇੱਦਾਂ ਨਾ ਵੀ ਨਸਲ ਤਾਂ ਇੱਕੇ ਆ, ਇਹਨਾਂ ਦੀ ਪੇਡੀਗਰੀ ਜਿੱਦਾਂ ਕਹਿੰਦੇ ਜੀ ਆਪਾਂ, ਮਤਲਬ ਵੀ ਬਲੱਡ ਲਾਈਨਸ ਆ ਜਿਹੜੀਆਂ ਉਹ ਅਲੱਗ ਅਲੱਗ ਆ, ਮਤਲਬ ਜਿਹੜੀ ਸਾਡੇ ਕੋਲ ਜਿਹੜੇ ਕਬੂਤਰ ਹੁਣ ਮਸ਼ਹੂਰ ਆ ਉਹ ਲੋਕ ਉਹਨੂੰ ਨਸਲ ਕਹਿ ਦਿੰਦੇ ਆ, ਪਰ ਉਹ ਨਸਲ ਨਹੀਂ, ਉਹ ਬਲੱਡ ਲਾਈਨਸ ਆ, ਉਹਨਾਂ ਦੀ ਬਲੱਡ ਲਾਈਨ ਆਪਣੀ ਆ, ਅਤੇ ਜਿਹੜੇ ਅਲੱਗ ਕਿਸੇ ਕੋਲ ਉੱਡਦੇ ਉਹਨਾਂ ਦੀ ਬਲੱਡ ਲਾਈਨ ਆਪਣੀ ਆ, ਇਹ ਆਪਾਂ ਬਲੱਡ ਲਾਈਨ ਕਹਿ ਸਕਦੇ, ਨਸਲ ਇਹਨਾਂ ਦੀ ਇੱਕ ਹੀ ਆ। ਅਤੇ ਬਾਈ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਤੁਸੀਂ ਕਬੂਤਰਾਂ ਨੂੰ ਕਿਵੇਂ ਤਿਆਰ ਕਰਦੇ ਹੋ ਬਾਜੀ ਵਾਸਤੇ, ਅਤੇ ਤੁਹਾਡਾ ਜਿਹੜਾ ਕਬੂਤਰ ਹੈ ਤੁਹਾਡਾ ਆਪਣਾ ਕਬੂਤਰ ਕਿੰਨੇ ਚਿਰ ਤੱਕ ਹੁਣ ਤੱਕ ਜਿਹੜਾ ਕਿ ਸਭ ਤੋਂ ਜ਼ਿਆਦਾ ਹਵਾ ਦੇ ਵਿੱਚ ਰਿਹਾ? ਹਵਾ ਦੇ ਵਿੱਚ ਤਾਂ ਫਿਰ ਇਹੀ ਰਿਹਾ ਜੀ, ਜ਼ਿਆਦਾ ਉੜਿਆ ਵਾ ਧੂਮ ਛੇੜੀ। ਇਹ ਕਿੰਨਾ ਚਿਰ ਰਿਹਾ ਜੀ? ਇਹ ਉੜਿਆ ਜੀ 12 ਘੰਟੇ ਅਤੇ 40 ਮਿੰਟ। ਇਹ 7 ਵਜੇ ਉਡਾਏ ਸੀ ਸਵੇਰੇ, 7:40 'ਤੇ ਬੈਠਿਆ ਸੀ ਇਹ, ਅਤੇ ਉਦੋਂ 12:40 ਉੱਡਿਆ ਸੀ। ਇਹਨੇ ਕੀ ਜਿੱਤਿਆ ਜੀ ਹੁਣ ਤੱਕ? ਇਹ ਮੋਟਰਸਾਈਕਲ ਜਿੱਤਿਆ ਸੀ ਜੀ। ਹਾਂਜੀ ਬਾਈ, ਤਿਆਰ ਕਿਵੇਂ ਕਰਦੇ ਹੋ ਤੁਸੀਂ ਆਪਦੇ ਕਬੂਤਰਾਂ ਨੂੰ ਬਾਜੀ ਵਾਸਤੇ, ਕਿਵੇਂ ਤਿਆਰ ਕਰਦੇ ਹੋ? ਸਾਡੇ ਦਰਸ਼ਕਾਂ ਨੂੰ ਤੁਸੀਂ ਸ਼ੁਰੂ ਤੋਂ ਦੱਸੋ ਕਿ ਕਿਵੇਂ ਤਿਆਰੀ ਕਰਾਉਂਦੇ ਤੁਸੀਂ ਆਪਣੇ ਕਬੂਤਰਾਂ ਦੀ? ਜਿੱਦਾਂ ਬਾਈ ਜੀ ਹੁਣ ਨਾ ਸੀਜ਼ਨ ਖਤਮ ਹੋ ਗਿਆ ਬਾਜੀਆਂ ਦਾ, ਅਤੇ ਹੁਣ ਆਪਾਂ ਨੇ ਨਵੇਂ ਜੋੜੇ ਪੁਰਾਣੇ ਜੋੜੇ ਜਿਹੜੇ ਸਾਰੇ ਜੋੜੀਆਂ ਲਾਤੀਆਂ, ਹੁਣ ਇਹ ਬੱਚੇ ਕੱਢਣਗੇ। ਬੱਚਿਆਂ ਤੋਂ ਬਾਅਦ ਜਦੋਂ ਬੱਚੇ ਪੂਰੇ, ਬੱਚਾ 2 ਮਹੀਨੇ ਦਾ ਹੋ ਜਾਂਦਾ ਤਾਂ ਛੱਤਰੀ 'ਤੇ ਘਜਾਉਣਾ ਪੈਂਦਾ, ਮਤਲਬ ਕਿਸੇ ਵੀ ਤਰ੍ਹਾਂ ਦੀ ਆਪਾਂ ਛੱਤਰੀ ਨਿਸ਼ਾਨੀ ਉਹਨੂੰ ਦੇ ਦੇਣੀ, ਉੱਡ ਕੇ ਉਹਦੇ 'ਤੇ ਆਊਗਾ, ਫਿਰ ਉਹਨਾਂ ਨੂੰ ਬੰਦ ਕਰ ਦੇਣਾ, 10 ਵਾਰੀ ਉਡਾ ਕੇ ਉਹਨਾਂ ਨੂੰ ਬੰਦ ਕਰ ਦੇਣਾ, ਅਤੇ ਮੁੜ ਕੇ ਅਗਲੇ ਸਾਲ ਦੇ ਵਿੱਚ ਜਦੋਂ ਆਪਾਂ ਨੇ ਨਵੇਂ ਕੱਢਣੇ ਆ, ਉਹ ਜਿਹੜੇ ਤਾਂ ਖੰਭ ਉਹਨਾਂ ਨੇ ਝਾੜ ਕੇ, ਜਿਹੜੇ ਖੰਭ ਨਵੇਂ ਬੱਚਿਆਂ ਦੇ ਹੁੰਦੇ ਉਹ ਝਾੜ ਕੇ ਨਵੇਂ ਆਉਂਦੇ ਆ, ਜਿੰਨੇ ਕੁ ਤਾਂ ਉਹਨਾਂ ਨੇ ਝਾੜ ਲਏ ਉਹ ਸਹੀ ਆ, ਨਹੀਂ ਤਾਂ ਹੱਥਾਂ ਨਾਲ ਪੱਟ ਦੇਣੇ ਉਹ ਨਵੇਂ ਆ ਜਾਣਗੇ। ਫਿਰ 1 ਅਪ੍ਰੈਲ ਨੂੰ ਕਬੂਤਰ ਰੇਡੀ ਹੋ ਜਾਂਦੇ ਆ, 1 ਅਪ੍ਰੈਲ ਤੋਂ ਆਪਾਂ ਨੇ ਉਹਨੂੰ ਮਤਲਬ ਉਡਾਉਣੇ ਸਟਾਰਟ ਕਰ ਦੇਣੇ, ਅਤੇ ਉਦੋਂ ਬਾਅਦ ਇਹਨਾਂ ਦੇ ਬਦਾਮ ਹੋਰ ਵੀ ਜਿਹੜੀ ਖੁਰਾਕ ਇਹਨਾਂ ਨੂੰ ਆਪਾਂ ਮਤਲਬ ਉਡਾਈਆਂ ਦੇ ਟਾਈਮ ਹੋਰ ਹੁੰਦੀ ਹੈ ਅਤੇ ਅੱਜ ਕੱਲ੍ਹ ਖੁਰਾਕ ਹੋਰ ਆ, ਉਹ ਸਟਾਰਟ ਕਰਕੇ ਅਤੇ ਜਦੋਂ ਪ੍ਰੋਪਰ 1 ਮਹੀਨਾ ਪੂਰਾ ਘਰ ਉਡਾ ਕੇ ਫਿਰ ਉਹਨੂੰ ਬਾਜ਼ੀ ਛੱਡਦੇ ਹਾਂ। ਸਮਿਆਂ ਦੇ ਵਿੱਚ
बजुर्ग कहते सी कि जिहड़ा कबूतर हुंदे आ उह जाड़ पालदे आ, लेकिन तुसी मेरे पिछे जिहड़े आ दो ट्रैक्टर वेख रहे हो ये उसी कबूतरां ने जिताए ने, ते उसी कबूतरां ने बाई गुरकीरत नूं ते बाई लाले नूं जिहड़ा की आ मालामाल कीता। असीं गल करांगे एक बार फिर तो बाई दे नाल। बाई आ जिहड़ा तुसी ट्रैक्टर जितते हो या दोनों ने जिहड़ा तुसी दो ट्रैक्टर जितते हो उस तों इलावा होर भी तुसी कई इनाम जितते हैं, तुहाडे विच कदी कोई इदां दा फर्क आया होवे या कदी कोई इदां दी चीज़ हो गई तुहानूं इकट्ठियां मिल गईआं तां तुसी इदां कदी होया कि आपस वंड वडाई होई या तुसी कहता चल तू ही रख ला? नहीं भाजी इदा कुछ नहीं होया। जिदा पहला दिन ट्रैक्टर जितया तो मैं भी लाले नूं देता सी, ते दूजे नूं पता नहीं सानूं भी ट्रैक्टर जित लेना। यह भी एक रिकॉर्ड ही है जी, जिदा 7 जून ते 8 जून दो दिन च दो ट्रैक्टर जितते आपां, ये परमात्मा की मेहरी हुई है। तो इदा तो साढ़े मन च कदे कोई इदा दी कोई गल नहीं है। अक्सर होंगे कि जिथे जोड़िया होंगे जिथे पार्टनरशिप होंगी है तो उत्थे थोड़े चिर बाद की है मनमुटाव जिहड़ा की है वह बदल लग जाता, लेकिन तुसी जिन्ना कि दस्या तुसी बहुत कुछ टीवी एसी या होर बहुत कुछ उरिया चीज़ां जितियां, थोड़े मना दे विच कदी इदां दी कोई खटास एक दूसरे के प्रति कदी कुछ आई नहीं है? लोग भी कदी कदी एक कोशिश करते हैं कि बई ये दोनों जिहड़े कि वधिया कबूतरबाजी करते हैं, इन्हां दे विच आपस कोई इदां दी फुट पा दी जाए या इन्हां दे विच आपस कोई इदां दी गलबात करा दी जाए? भाई जी बहुत कुछ होंदा है ना, बाकी अंडरस्टैंडिंग करनी पैंदी है, लोगों दी गल्लां सुन के नहीं चलना पैंदा, अपने दिमाग नाल भी सोचना पैंदा भी वह बंदा मेरे बारे ये गल कह सकदा जां ये कर सकदा। जे आपां ये विश्वास ही नहीं होया 8-10 सालां च फिर नहीं निभ सकदी। आपां दूजे भाई भाई लाले नाल भी गल करांगे। भाई किन्ना चिर हो गया तुहानूं बाई दे नाल? बाई नाल मैनूं 8-9 साल हो गए। 2014 विच आपां बाई गल होया ते 15 विच बाई अपने कबूतर उरे ते छड्डे, 16 विच असीं इकट्ठे रख लिते ਅਤੇ ਇਕੱਠੇ ਕਬੂਤਰ ਫਿਰ ਅਸੀਂ ਬਾਈ ਛੱਡੀ ਗਿਆ ਅਤੇ ਇਕੱਠੇ ਹੀ ਆਪਾਂ ਨੇ ਸਾਰੇ ਕਰ ਲਏ ਇੱਕ ਜਗ੍ਹਾ। ਬਾਈ ਦਾ ਜਿਵੇਂ ਬਾਈ ਨੇ ਦੱਸਿਆ ਤੁਹਾਡਾ ਖੇਤੀਬਾੜੀ ਦਾ ਵੀ ਤੁਹਾਡਾ ਕੰਮ ਹੈ, ਬਾਈ ਦਾ ਭਲਵਾਨੀ ਦਾ ਕੰਮ ਹੈ, ਅਤੇ ਬਾਈ ਨੇ ਕਦੀ ਆਪਣੀ ਜ਼ੋਰ ਅਜ਼ਮਾਈ ਤੁਹਾਡੇ 'ਤੇ ਤਾਂ ਨਹੀਂ ਕਦੀ? ਨਹੀਂ ਨਹੀਂ ਇਹੋ ਜਿਹੀ ਗੱਲੇ ਨਹੀਂ ਕੋਈ ਹੋਈ, ਉਹ ਤਾਂ ਬਾਈ ਤਾਂ ਮੈਨੂੰ ਬੜਾ ਭਾਈ ਸਮਝਦਾ ਪਹਿਲੇ, ਕਦੇ ਉਹ ਇਹੋ ਜਿਹੀ ਗੱਲੇ ਨਹੀਂ। ਉਹਨਾਂ ਜੋ ਵੀ ਗੱਲ ਕਰਨੀ ਪਹਿਲਾਂ ਮੈਨੂੰ ਪੁੱਛ ਲੈਣੀ, ਮੈਂ ਉਹਨੂੰ ਪੁੱਛ ਲੈਣੀ। ਤੁਸੀਂ ਕਬੂਤਰ ਆਪਣੇ ਜਿਵੇਂ ਅਲੱਗ ਤੋਂ ਛੱਡਦੇ ਹੋ ਜਾਂ ਕੁਛ ਇੱਦਾਂ ਹੈ ਤਾਂ ਕੁਛ ਇੱਦਾਂ ਰੌਲਾ ਹੋ ਜਾਏ ਤਾਂ ਤੁਸੀਂ ਕਹਿ ਦਿਓ ਵੀ ਮੈਂ ਆਪਣੇ ਬਾਈ ਨੂੰ ਬੁਲਾ ਲੈਂਦਾ, ਜਾਂ ਅਕਸਰ ਵੈਸੇ ਬਾਈ ਨੂੰ ਜਾਣਦੇ ਹੀ ਹੋਣੇ? ਨਹੀਂ ਇਹੋ ਜਿਹੀ ਗੱਲ ਨਹੀਂ ਹੋਈ ਕੋਈ ਵੀ, ਕਦੇ ਵੀ ਮੈਂ ਤਾਂ ਘਰ ਹੀ ਰਹਿੰਦਾ, ਬਾਈ ਹੋ ਜਾਂਦਾ ਬਾਈ ਜੀ ਮੈਂ। ਅਤੇ ਬਾਈ ਜਦੋਂ ਇਹ ਖੁੱਲ੍ਹੇ ਅਸਮਾਨ ਦੇ ਵਿੱਚ ਉੱਡਦੇ ਆ ਤਾਂ ਇਹਨਾਂ ਨੂੰ ਕਿਹੜੀ ਕਿਹੜੀ ਚੀਜ਼ ਤੋਂ ਬਾਜ਼ੀ ਦੇ ਟਾਈਮ 'ਤੇ ਜਾਂ ਵੈਸੇ ਵੀ ਖਤਰਾ ਹੁੰਦਾ? ਬਾਜ਼ੀ ਹੋਵੇ ਭਾਵੇਂ ਜੀ ਘਰ ਹੋਣ, ਅਤੇ ਜਦੋਂ ਪਹਿਲੀ ਗੱਲ ਤਾਂ ਜਦੋਂ ਕਬੂਤਰ ਵਧੀਆ ਮੌਸਮ ਹੁੰਦਾ ਅਤੇ ਅਚਾਨਕ ਬੱਦਲ ਜਾਂ ਹਨੇਰੀ ਆ ਜਾਵੇ ਉਦੋਂ, ਅਤੇ ਜ਼ਿਆਦਾਤਰ ਇਹਨਾਂ ਨੂੰ ਲਗੜ ਜਾਂ ਬਾਜ ਉਹ ਜ਼ਿਆਦਾ ਖਰਾਬ ਕਰਦਾ ਜੀ ਕਬੂਤਰਾਂ ਨੂੰ, ਉਹ ਜਿਵੇਂ ਉੱਤੇ ਉੱਡਦਿਆਂ ਨੂੰ ਫੜ ਲੈਂਦਾ ਅਤੇ ਉਹਦੇ ਨਾਲ ਇਹਨਾਂ ਨੂੰ ਪ੍ਰੋਬਲਮ ਹੋ ਜਾਂਦੀ ਹੈ, ਕਈ ਵਾਰੀ ਮਰ ਵੀ ਜਾਂਦੇ, ਕਈ ਵਾਰੀ ਫੱਟੜ ਹੋ ਕੇ ਘਰ ਆ ਜਾਂਦੇ। ਤੁਹਾਡੇ ਕਿੰਨੇ ਕਬੂਤਰ ਹੱਦ ਤੱਕ ਹੋਇਆ ਇੱਦਾਂ ਕਿ ਕਦੀ ਉੱਪਰ ਜਾ ਕੇ ਕੋਈ ਇੱਦਾਂ ਦਾ ਘਾਇਲ ਹੋ ਗਿਆ ਹੋਵੇ ਜਾਂ ਮਰ ਗਿਆ, ਕਦੀ ਤੁਹਾਡੇ ਨਾਲ ਇੱਦਾਂ ਦਾ ਵਾਕਿਆ ਵੀ ਵਰਤਿਆ? ਬਹੁਤ ਕਬੂਤਰ ਹੋ ਜਾਂਦੇ ਬਾਈ, ਫਿਰ ਉਹਨਾਂ ਦੀ ਇੰਜਰੀ ਵਗੈਰਾ ਹੋ ਜਾਂਦੀ ਹੈ ਅਤੇ ਇਹਨਾਂ ਨੂੰ ਟੀਕੇ ਜਿੱਦਾਂ ਟਾਂਕੇ ਸਟਿਚਿੰਗ ਕਰਨੀ ਪੈਂਦੀ ਆ ਅਤੇ ਕੇਅਰ ਕਰਨੀ ਪੈਂਦੀ ਫਿਰ ਉਹਨਾਂ ਦੀ। ਸੋ ਜਿਵੇਂ ਕਿ ਤੁਸੀਂ ਦੇਖਿਆ ਕਿ ਬਾਈ ਗੁਰਕੀਰਤ ਅਤੇ ਬਾਈ ਲਾਲੇ ਦੇ ਵਿੱਚ ਜਿਹੜਾ ਪਿਆਰ ਹੈ ਉਹ ਪਿਛਲੇ 8-10 ਸਾਲਾਂ ਤੋਂ ਬਣਿਆ ਹੋਇਆ, ਰੱਬ ਇਹਨਾਂ ਦਾ ਪਿਆਰ ਇੱਦਾਂ ਹੀ ਬਣਾਏ ਰੱਖੇ ਅਤੇ ਉਹ ਹੋਰ ਵੀ ਇੱਦਾਂ ਦੇ ਜਿਹੜਾ ਕੀ ਹੈ ਟਰੈਕਟਰ ਹੋਰ ਮੋਟਰਸਾਈਕਲ ਗੱਡੀਆਂ ਜੋ ਵੀ ਇਹਨਾਂ ਨੇ ਹੁਣ ਤੱਕ ਜਿੱਤੀਆਂ ਉਹ ਹੋਰ ਵੀ ਅੱਗੇ ਜਿੱਤਦੇ ਰਹਿਣ। ਕੈਮਰਾਮੈਨ ਰੁਪਿੰਦਰ ਦੇ ਨਾਲ ਮੈਂ ਸ਼ਾਂਕ, ਪੰਜਾਬ ਟੂਡੇ, ਮਾਮੀਪੁਰ।